ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾਂ ਸਤਿਅਮ ਤੇ ਤੁਹਾਡਾ ਸਭ ਦਾ ਸਵਾਗਤ ਹੈ ਤੁਹਾਡੇ ਆਪਣੇ ਪਰਿਵਾਰ ਸਿੱਖਿਆ ਐਫਐਮ ਅਕੈਡਮੀ ਦੇ ਔਨਲਾਈਨ ਪਲੇਟਫਾਰਮ ਤੇ ਦੋਸਤੋ ਆਪ ਜੀ ਨੂੰ ਪਤਾ ਹੈ ਆਪਾਂ ਐਨਟੀਟੀ ਲਈ ਕਲਾਸਾਂ ਸ਼ੁਰੂ ਕੀਤੀਆਂ ਹੋਈਆਂ ਆਪਣਾ ਬੈਚ ਸ਼ੁਰੂ ਹੋਣ ਜਾ ਰਿਹਾ ਹੈ ਠੀਕ ਹੈ ਜੀ ਤੇ ਜਲਦੀ ਤੋਂ ਜਲਦੀ ਤੁਸੀਂ ਬੈਚ ਦੇ ਵਿੱਚ ਇਨਰੋਲ ਕਰਾ ਲੈਣਾ ਆਪਣੇ ਆਪ ਨੂੰ ਨਾਲ ਹੀ ਪੀਟੀਆਈ ਵੀ ਈਟੀਟੀ ਵੀ ਤੇ ਸਾਰਿਆਂ ਲਈ ਬਹੁਤ ਮਹੱਤਵਪੂਰਨ ਕਲਾਸ ਹੋਣ ਵਾਲੀ ਹੈ ਅੱਜ ਦੀ ਆਪਣੀ ਕਿਉਂਕਿ ਟੋਪਿਕ ਹੀ ਅਜੀਹਾ ਹੈ ਕਿ ਜਿਸ ਚੋ ਕੁਐਸਚਨ ਆਉਣ ਦੇ ਚਾਂਸਸ ਬਹੁਤ ਜ਼ਿਆਦਾ ਹੁੰਦੇ ਨੇ ਤੇ ਇਹ ਕੁਐਸਚਨਸ ਜਾਂ ਕਹਿ ਲਓ ਵੀ ਇਹ ਟੋਪਿਕ ਤੁਹਾਨੂੰ ਬਹੁਤ ਸਾਰੇ ਨੰਬਰ ਦੀ ਵੋਣ ਵਾਲਾ ਹੋ ਸਕਦਾ ਹੈ ਤੇ ਇਸ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਣਾ ਹੈ ਕਲੀਅਰ ਹੈ ਜੀ ਤੇ ਇਸ ਤੋਂ ਬਾਅਦ ਆਪਾਂ ਕੀ ਕਰਾਂਗੇ ਉਹ ਆਪਾਂ ਨੈਕਸਟ ਵੀਡੀਓ 'ਚ ਤੁਹਾਨੂੰ ਦੱਸਾਂਗੇ ਠੀਕ ਹੈ ਜੀ ਪਰ ਉਸ ਤੋਂ ਪਹਿਲਾਂ ਜਿਹੜੇ ਦੋਸਤ ਆਪਣੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਜਦੋਂ ਵੀ ਨਵੀਂ ਵੀਡੀਓ ਆਪਾਂ ਪਾ ਦਈਏ ਤੁਸੀਂ ਤੇ ਅਸੀਂ ਜੁੜ ਸਕੀਏ ਕਿਉਂਕਿ ਤੁਹਾਡੇ ਕੋਲ ਇੱਕ ਮੈਸੇਜ ਆਏਗਾ ਕਿ ਸਰ ਦੀ ਕਲਾਸ ਸ਼ੁਰੂ ਹੋ ਚੁੱਕੀ ਹੈ ਤੇ ਤੁਸੀਂ ਉਹ ਕਲਾਸ ਨੂੰ ਲੇਟ ਨਹੀਂ ਕਰੋਗੇ ਜੁਆਇਨ ਕਰ ਜਾਓਗੇ ਫਟਾਫਟ ਠੀਕ ਹੈ ਜੀ ਤਾਂ ਆਓ ਪਹਿਲਾਂ ਸਬਸਕ੍ਰਾਈਬ ਕਰੋ ਨਾਲ ਹੀ ਬੈਲ ਆਈਕਨ ਪ੍ਰੈਸ ਕਰੋ ਤੇ ਅੱਜ ਦਾ ਜੋ ਆਪਣਾ ਟੌਪਿਕ ਹੈ ਦੋਸਤੋ ਦੇਖੋ ਕੀ ਹੈ ਸਰਕੂਲੇਟਰੀ ਸਿਸਟਮ ਕੀ ਹੈ ਵੀ ਸਰਕੂਲੇਟਰੀ ਸਿਸਟਮ ਸਰਕੂਲੇਟਰੀ ਸਿਸਟਮ ਦਾ ਮਤਲਬ ਕੀ ਹੁੰਦਾ ਹੈ ਕਿ ਅਸੀਂ ਇਹਦੇ ਵਿੱਚ ਕੀ ਦੇ ਬਾਰੇ ਪੜਾਂਗੇ ਦਿਲ ਦੇ ਬਾਰੇ ਪੜਾਂਗੇ ਖੂਨ ਦੇ ਬਾਰੇ ਪੜਾਂਗੇ ਕਿ ਖੂਨ ਕਿਸ ਤਰੀਕੇ ਨਾਲ ਟਰੈਵਲ ਕਰਦਾ ਹੈ ਕਿਸ ਤਰੀਕੇ ਨਾਲ ਖੂਨ ਸਾਡੀ ਬੋਡੀ ਦੇ ਵਿੱਚ ਜਾਂਦਾ ਹੈ ਇਹ ਸਾਰਾ ਕੁਝ ਅਸੀਂ ਇਹਦੇ ਵਿੱਚ ਦੇਖਾਂਗੇ ਕਲੀਅਰ ਹੈ ਜੀ ਸਾਰਿਆਂ ਨੂੰ ਤਾਂ ਦੇਖੋ ਸਰਕੂਲੇਟਰੀ ਦਾ ਮਤਲਬ ਪਹਿਲੇ ਤੁਹਾਨੂੰ ਮੈਂ ਸਮਝਾ ਦਿੰਦਾ ਹਾਂ ਸਰਕੂਲੇਟਰੀ ਦਾ ਕੀ ਮਤਲਬ ਹੁੰਦਾ ਦੋਸਤੋ ਇਸ ਨੂੰ ਤੁਸੀਂ ਦੇਖ ਲੈਣਾ ਹੈ ਕੀ ਹੁੰਦਾ ਹੈ ਤਾਂ ਜੋ ਸਰਕੂਲੇਟਰੀ ਸਿਸਟਮ ਹੈ ਨਾ ਸਾਡਾ ਇਸ ਦਾ ਅਰਥ ਹੁੰਦਾ ਹੈ ਦੋਸਤੋ ਦੇਖੋ ਧਿਆਨ ਨਾਲ ਜਿਵੇਂ ਮੈਂ ਕੀ ਕਰਦਾ ਹਾਂ ਇੱਥੇ ਲਿਖਦਾ ਹਾਂ ਪਹਿਲੇ ਸਰਕੂਲੇਟਰੀ ਸਿਸਟਮ ਸਰਕੂਲੇਟਰੀ ਸਿਸਟਮ ਇਹਦਾ ਅਰਥ ਕੀ ਹੈ ਤਾਂ ਦੇਖੋ ਨਾਮ ਚ ਕੀ ਆ ਰਿਹਾ ਦੋਸਤੋ ਸਰਕਲ ਇੱਕ ਤਰ੍ਹਾਂ ਦਾ ਕੀ ਬਣ ਰਿਹਾ ਹੈ ਸਰਕਲ ਕਿ ਜਿੱਥੋਂ ਜੇ ਸ਼ੁਰੂ ਹੋਏਗੀ ਉੱਥੇ ਹੀ ਆ ਕੇ ਕੀ ਹੋਏਗੀ ਦੋਸਤੋ ਵਾਪਸ ਖਤਮ ਹੋਏਗੀ ਠੀਕ ਹੈ ਜੀ ਜਿੱਥੋਂ ਸ਼ੁਰੂ ਹੋਏਗਾ ਪ੍ਰੋਸੈਸ ਉੱਥੇ ਹੀ ਆ ਕੇ ਕੀ ਖਤਮ ਹੋਏਗਾ ਤੇ ਕੀ ਬਣ ਜੇਗਾ ਇੱਕ ਤਰ੍ਹਾਂ ਦਾ ਸਰਕਲ ਬਣ ਜਾਏਗਾ ਕੀ ਬਣ ਜੇਗਾ ਵੀ ਇੱਕ ਤਰ੍ਹਾਂ ਦਾ ਸਰਕਲ ਬਣ ਜਾਏਗਾ ਤੇ ਜਦੋਂ ਸਰਕਲ ਬਣ ਗਿਆ ਦੋਸਤੋ ਠੀਕ ਹੈ ਜੀ ਜਦੋਂ ਸਰਕਲ ਬਣ ਗਿਆ ਤੇ ਉਦੋਂ ਸਾਡਾ ਪੂਰੀ ਤਰੀਕੇ ਨਾਲ ਸਿਸਟਮ ਬਣ ਜਾਣਾ ਹੈ ਕੰਮ ਪੂਰਾ ਹੋ ਜਾਣਾ ਹੈ ਠੀਕ ਹੈ ਜੀ ਕੀ ਘੁੰਮੇਗਾ ਸਰ ਇਸ ਤਰ੍ਹਾਂ ਤੇ ਇਹਦੇ ਚ ਘੁੰਮੇਗਾ ਦੋਸਤੋ ਤੁਹਾਡੇ ਕੋਲੇ ਖੂਨ ਬਲੱਡ ਕੋਣ ਨੂੰ ਮਹਿੰਗਾ ਵੀ ਇਸਰੀ ਕੇਨਲ ਬਲੱਡ ਕੂਮੇਗਾ ਜਿਹਨੂੰ ਕਹਿੰਦੇ ਹਾਂ ਖੂਨ ਸਰਕੂਲੇਟਰੀ ਸਿਸਟਮ ਦਾ ਮਤਲਬ ਹੁੰਦਾ ਹੈ ਖੂਨ ਸੰਚਾਰ ਪ੍ਰਣਾਲੀ ਕਿ ਖੂਨ ਦਾ ਸੰਚਾਰ ਕਿਵੇਂ ਹੋਏਗਾ ਦਿਲ ਦੇ ਵਿੱਚ ਫਿਰ ਉਹ ਅੱਗੇ ਬਾਕੀ ਹਿੱਸਿਆਂ ਚ ਸਰੀਰ ਦੇ ਕਿੱਦਾਂ ਜਾਏਗਾ ਕਿਉਂਕਿ ਤੁਹਾਨੂੰ ਪਤਾ ਹੈ ਕਿ ਜਿਹੜਾ ਖੂਨ ਹੈ ਖੂਨ ਦੇ ਵਿੱਚ ਹੀ ਸਭ ਕੁਝ ਸਾਡਾ ਮਿਲ ਜਾਂਦਾ ਜੋ ਵੀ ਅਸੀਂ ਖਾਂਦੇ ਪੀਂਦੇ ਹਾਂ ਤਾਂ ਉਹ ਸਾਰਾ ਸਿਸਟਮ ਸਾਨੂੰ ਪਤਾ ਹੋਣਾ ਜ਼ਰੂਰੀ ਹੈ ਕਲੀਅਰ ਹੈ ਜੀ ਸਾਰਿਆਂ ਨੂੰ ਤੇ ਇਹਦੇ ਚ ਦੇਖੋ ਸਾਡੇ ਕੋਲ ਕੀ ਆਏਗਾ ਅੱਗੇ ਸਰਕੂਲੇਟਰੀ ਸਿਸਟਮ ਦੇ ਵਿੱਚ ਇੱਕ ਮਿੰਟ ਦੋਸਤੋ ਹਾਂਜੀ ਦੋਸਤੋ ਤਾਂ ਸਰਕੂਲੇਟਰੀ ਸਿਸਟਮ ਦੇ ਵਿੱਚ ਅਸੀਂ ਕੀ ਪੜਾਂਗੇ ਹੁਣ ਅੱਗੇ ਕਿ ਖੂਨ ਕਿਸ ਤਰੀਕੇ ਨਾਲ ਜਾਏਗਾ ਪਰ ਉਸ ਤੋਂ ਪਹਿਲਾਂ ਤੁਹਾਨੂੰ ਪਤਾ ਕੀ ਹੋਣਾ ਚਾਹੀਦਾ ਹੈ ਸਰਕੂਲੇਟਰੀ ਸਿਸਟਮ ਦੇ ਬਾਰੇ ਤਾਂ ਦੇਖਣਾ ਹੈ ਤੁਸੀਂ ਕੀ ਪਤਾ ਹੋਣਾ ਤੁਹਾਨੂੰ ਜ਼ਰੂਰੀ ਹੈ ਠੀਕ ਹੈ ਜੀ ਕੀ ਪਤਾ ਹੋਣਾ ਜ਼ਰੂਰੀ ਹੈ ਦੋਸਤੋ ਤੁਹਾਨੂੰ ਤਾਂ ਹੁਣ ਧਿਆਨ ਨਾਲ ਦੇਖਿਓ ਸਾਡੇ ਕੋਲ ਦਿਲ ਹੈ ਪੁੱਛਿਆ ਜਾਏਗਾ ਪਹਿਲਾ ਕੁਐਸਚਨ ਕਿ ਦਿਲ ਦੇ ਕਿੰਨੇ ਖਾਨੇ ਹੁੰਦੇ ਹਨ ਦਿਲ ਵਿੱਚ ਦਿਲ ਦੇ ਕਿੰਨੇ ਖਾਨੇ ਹੁੰਦੇ ਹਨ ਇਹ ਬਹੁਤ ਵਾਰ ਕੁਐਸਚਨ ਆਇਆ ਵੀ ਅੱਗੇ ਵੀ ਆਉਣ ਦੀ ਸੰਭਾਵਨਾ ਹੈ ਕਿੰਨੇ ਖਾਨੇ ਹੁੰਦੇ ਹਨ ਖਾਨੇ ਨੂੰ ਦੋਸਤੋ ਹੋਰ ਕੀ ਲਿਖਦੇ ਨੇ ਕਈ ਵਾਰ ਪੇਪਰ ਦੇ ਵਿੱਚ ਖਾਨੇ ਨਾਲ ਲਿਖ ਕੇ ਕੀ ਲਿਖਣਗੇ ਅੰਗਰੇਜ਼ੀ ਦੇ ਅੱਖਰਾਂ ਤੋਂ ਲਿਖਣਗੇ ਚੈਂਬਰ ਕੀ ਲਿਖਣਗੇ ਭਈ ਚੈਂਬਰ ਲਿਖਣਗੇ ਠੀਕ ਹੈ ਜੀ ਚੈਂਬਰ ਲਿਖਦੇ ਆ ਤਾਂ ਚੈਂਬਰ ਕਿੰਨੇ ਹੁੰਦੇ ਦਿਲ ਦੇ ਵਿੱਚ ਤਾਂ 4 ਹੁੰਦੇ ਆ ਕਿੰਨੇ ਹੁੰਦੇ ਆ ਵੀ 4 ਉਹ ਸਰ ਕਿਹੜੇ ਕਿਹੜੇ ਹੁੰਦੇ ਤਾਂ ਧਿਆਨ ਦੇਣਾ ਹੈ ਤੁਸੀਂ ਹੁਣ ਤੁਹਾਨੂੰ ਇੱਕ ਡਾਇਗਰਾਮ ਦਿਖਾਉਣਾ ਪਹਿਲਾਂ ਮੈਂ ਫਿਰ ਤੁਹਾਨੂੰ ਸਮਝ ਆਏਗਾ ਤਾਂ ਦੇਖੋ ਆਹ ਡਾਇਗਰਾਮ ਹੈ ਸਾਡੇ ਕੋਲੇ ਪਹਿਲਾ ਖਾਨਾ ਕਿਹੜਾ ਹੁੰਦਾ ਦੋਸਤੋ ਰਾਈਟ ਆਟਰਿਅਮ ਕਿਹੜਾ ਹੁੰਦਾ ਵੀ ਰਾਈਟ ਆਟਰਿਅਮ ਹੁੰਦਾ ਆਹ ਵਾਲਾ ਠੀਕ ਹੈ ਜੀ ਫਿਰ ਰਾਈਟ ਵੈਂਟ੍ਰਿਕਲ ਕਲੀਅਰ ਫਿਰ ਲੈਫਟ ਆਟਰਿਅਮ लेफ्ट वेंट्रिकल किन्ने खाने राइट वेंट्रिकल लेफ्ट आटरीयम लेफ्ट वेंट्रिकल किए बी चार खाने हो गए हम चार खाने ने सरा आट्रियम की हुंदा वेंट्रिकल की होंगे तो हम समझो हम समझो की चीज है तो जो राइट आटरीयम है दोस्तों इस तुम तो पेल्ला एक चीज जाड़ो एक चीज होंगी दर्टरीस की होंगे आर्टरीस ਸਾਡੇ ਕੋਲ ਹੁੰਦੀ ਹੈ ਜੀ ਆਰਟਰੀਜ਼ ਜਿਨ੍ਹਾਂ ਨੂੰ ਅਸੀਂ ਪੰਜਾਬੀ ਵਿੱਚ ਕੀ ਬੋਲਦੇ ਹਾਂ ਦੋਸਤੋ ਤਮਣੀਆਂ ਠੀਕ ਹੈ ਜੀ ਕੀ ਬੋਲਾਂਗੇ ਇਹਨਾਂ ਨੂੰ ਤਮਣੀਆਂ ਤਮਣੀਆਂ ਹੋ ਗਈਆਂ ਦੂਜੀਆਂ ਕੀ ਹੁੰਦੀਆਂ ਵੇਇਨਸ ਜਿਨ੍ਹਾਂ ਨੂੰ ਅਸੀਂ ਕੀ ਬੋਲਦੇ ਹਾਂ ਸ਼ੀਰਾਵਾਂ ਸ਼ੀਰਾਵਾਂ ਹੁੰਦੀਆਂ ਸਾਡੇ ਕੋਲ ਠੀਕ ਹੈ ਜੀ ਤਮਣੀਆਂ ਹੁੰਦੀਆਂ ਤੇ ਸ਼ੀਰਾਵਾਂ ਹੁੰਦੀ ਹੈ ਜੋ ਆਰਟਰੀਜ਼ ਹੈ ਇਹਨਾਂ ਦੇ ਵਿੱਚ ਹਮੇਸ਼ਾ ਕਿਹੜਾ ਖੂਨ ਹੁੰਦਾ ਦੋਸਤੋ ਤਾਂ ਯਾਦ ਰੱਖਣਾ ਹੈ ਆਕਸੀਜਨੇਟਿਡ oxygenated ਜਿਸ ਨੂੰ ਅਸੀਂ ਹੋਰ ਕੀ ਲਿਖਦੇ ਹਾਂ ਸ਼ੁੱਧ ਲਹੂ ਸ਼ੁੱਧ ਲਹੂ ਜਾਂ ਫਿਰ ਹੋਰ ਕੀ ਲਿਖਦੇ ਹਾਂ ਆਕਸੀਜਨ ਯੁਕਤ ਕੀ ਲਿਖਾਂਗੇ ਆਕਸੀਜਨ ਯੁਕਤ ਯੁਕਤ ਮਤਲਬ ਆਕਸੀਜਨ ਹੋएगी ਇਹਦੇ ਵਿੱਚ ਕਲੀਅਰ ਤੇ ਜਿਹੜੇ ਬਲੱਡ ਦੇ ਵਿੱਚ ਆਕਸੀਜਨ ਹੁੰਦੀ ਹੈ ਉਹ ਲਹੂ ਕੀ ਹੁੰਦਾ ਹੈ ਸ਼ੁੱਧ ਲਹੂ ਹੁੰਦਾ ਸਾਡੇ ਕੋਲ ਠੀਕ ਹੈ ਧਮਣੀਆਂ ਧਮਣੀਆਂ 'ਚ ਕਿਹੜਾ ਖੂਨ ਹੁੰਦਾ ਹੈ ਡੀ ਆਕਸੀਜਨੇਟਡ ਕਿਹੜਾ ਹੁੰਦਾ ਵੀ ਡੀ ਆਕਸੀਜਨੇਟਿਡ ਬਲੱਡ ਹੁੰਦਾ ਸਾਡੇ ਕੋਲ ਤਾਂ ਇਹਦੇ ਚ ਕਿਹੜਾ ਲਹੂ ਹੁੰਦਾ ਅਸ਼ੁੱਧ ਲਹੂ ਕਿਹੜਾ ਹੁੰਦਾ ਦੋਸਤੋ ਅਸ਼ੁੱਧ ਲਹੂ ਹੁੰਦਾ ਸਾਡੇ ਕੋਲ ਫੇਰ ਇਹਦੇ ਚ ਆਕਸੀਜਨ ਨਹੀਂ ਹੁੰਦੀ ਇਹਦੇ ਚ ਆਕਸੀਜਨ ਨਹੀਂ ਹੁੰਦੀ ਇਹਦੇ ਚ ਕਾਰਬਨ ਡਾਈਆਕਸਾਈਡ ਹੁੰਦੀ ਹੈ ਕੀ ਹੁੰਦੀ ਹੈ ਦੋਸਤੋ ਕਾਰਬਨ ਡਾਈਆਕਸਾਈਡ CO2 ਹੁੰਦਾ ਇਹਦੇ ਚ ਇਹਨਾਂ ਚੀਜ਼ਾਂ ਨੂੰ ਤੁਸੀਂ ਧਿਆਨ ਰੱਖਣਾ ਹੈ ਉਹਦੇ ਚ ਆਕਸੀਜਨ ਹੈ ਇਹਦੇ ਚ ਕੀ ਹੈ ਕਾਰਬਨ ਡਾਈਆਕਸਾਈਡ ਹੈ ਸਰ ਆ ਹੁਣ ਆਰਟਰੀਜ਼ ਤੇ ਵੇਇਨਸ ਕਿੱਥੇ ਹੁੰਦੀਆਂ ਜੋ ਆ ਤੁਹਾਨੂੰ ਨਸਾਂ ਦਿਖਦੀਆਂ ਤੁਹਾਡੇ ਹੱਥ ਦੀਆਂ ਠੀਕ ਹੈ ਜੇ ਕੋਈ ਵੀ ਨਸਾਂ ਦਿਖਦੀਆਂ ਤੁਹਾਨੂੰ ਉੱਪਰ ਹਰੀਆਂ-ਹਰੀਆਂ ਨੀਲੀਆਂ-ਨੀਲੀਆਂ ਜੀਆਂ ਤਾਂ ਇਹਨਾਂ ਨੂੰ ਕੀ ਕਹਿੰਦੇ ਆ ਦੋਸਤੋ ਆਪਾਂ ਵੇਇਨਸ ਯਾ ਸ਼ਿਰਾਵਾਂ ਵੇਇਨਸ ਯਾ ਸ਼ਿਰਾਵਾਂ ਤੇ ਇਹਨਾਂ ਚ ਬਲੱਡ ਕਿਹੜਾ ਹੋਇਆ ਫਿਰ ਡੀ ਆਕਸੀਜਨੇਟਿਡ ਯਾ ਕਹ ਲੋ ਅਸ਼ੁੱਧ ਲਹੂ ਹੈ ਇਹਨਾਂ ਦੇ ਵਿੱਚ ਤਾਂ ਹੀ ਇਹਦੇ ਚ ਕੀ ਕਾਰਬਨ ਡਾਈ ਆਕਸਾਈਡ ਹੈ ਤਾਂ ਹੀ ਇਹਨਾਂ ਦਾ ਕਲਰ ਕੀ ਹੈ ਗ੍ਰੀਨਿਸ਼ ਗ੍ਰੀਨਿਸ਼ ਬਲੂ ਹੈ ਠੀਕ ਹੈ ਗ੍ਰੀਨਿਸ਼ ਜਿਹਾ ਕਲਰ ਹੋਏਗਾ ਫਿਰ ਆਕਸੀਜਨੇਟਡ ਇਹ ਸਾਡੀ ਸਕਿਨ ਦੇ ਚਮੜੀ ਦੇ ਹੇਠੇ ਵਾਲੇ ਹੇਠਾਂ ਵਾਲੇ ਪਾਸੇ ਹੁੰਦੀਆਂ ਹੈ ਇਹਦੇ ਵਿੱਚ ਸਾਡੇ ਕੋਲ ਕੀ ਹੁੰਦਾ ਹੈ ਸ਼ੁੱਧ ਲਹੂ ਹੁੰਦਾ ਇਹ ਸਾਨੂੰ ਦਿਖਦੀਆਂ ਨਹੀਂ ਹੈ ਕਿਉਂਕਿ ਸਕਿਨ ਦੇ ਅੰਡਰ ਹੈ ਡਾਕਟਰ ਦੇਖੋ ਤੁਸੀਂ ਕਦੇ ਵੀ ਕਿੱਥੇ ਟੀਕਾ ਲਗਾਉਂਦਾ ਹੈ ਕੀ ਲੱਗੇਗਾ ਤੁਹਾਡੇ ਲਈ ਹਮੇਸ਼ਾ ਕੀ ਲੱਭਦਾ ਇਹ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਚ ਦੱਸ ਦੇਣਾ ਠੀਕ ਹੈ ਜੀ ਤਾਂ ਦੇਖੋ ਆਰਟਰੀ ਜਿੰਨਾ ਸ਼ੁੱਧ ਲਹੂ ਹੈ ਵੇਇਨਸ ਜਿੰਨਾ ਚ ਅਸ਼ੁੱਧ ਲਹੂ ਹੈ ਇਹਨਾਂ ਚੀਜ਼ਾਂ ਤੁਸੀਂ ਯਾਦ ਰੱਖਦੇ ਹੋਏ ਚੱਲਣਾ ਹੈ ਫੇਰ ਹੁਣ ਜਿਹੜਾ ਸ਼ਬਦ ਤੁਸੀਂ ਪੜਿਆ ਸੀ ਆਰਟਰੀਅਮ ਕੀ ਪੜਿਆ ਸੀ ਬਈ आट्रियम तव आट्रियम की सी फिर आर्टरीज ਤੋਂ ਹੀ ਬਣਿਆ ਆਟਰੀਅਮ ਠੀਕ ਹੈ ਆਟਰੀਅਮ ਨਾਲ ਲਿਖ ਕੇ ਦੋਸਤੋ ਕਈ ਵਾਰ ਕੀ ਲਿਖਦਾ ਹੈ ਉਹ ਔਰੀਕਲ ਕੀ ਲਿਖੇਗਾ ਔਰੀਕਲ ਪੰਜਾਬੀ ਚ ਵੀ ਔਰੀਕਲ ਹੀ ਲਿਖੇਗਾ ਦੋਸਤੋ ਠੀਕ ਹੈ ਫਿਰ ਵੇਨਸ ਤੋਂ ਕੀ ਬਣਤਾ ਉਹਨੇ ਵੈਂਟਰੀਕਲਸ ਵੇਨਸ ਤੋਂ ਕੀ ਬਣਤਾ ਵੈਂਟਰੀਕਲਸ ਬਣ ਗਿਆ ਇੱਕ ਤਰੀਕੇ ਨਾਲ ਤੁਸੀਂ ਇਸ ਤਰੀਕੇ ਨਾਲ ਯਾਦ ਰੱਖ ਲੈਣਾ ਵੈਂਟਰੀਕਲਸ ਦਾ ਹੋਰ ਕੋਈ ਨਾਮ ਨਹੀਂ ਯਾਦ ਕਰਨਾ ਬਸ ਆਟਰੀਅਮ ਤੇ ਔਰੀਕਲ ਦਾ ਮਤਲਬ ਕੀ ਹੁੰਦਾ ਸੇਮ ਹੁੰਦਾ ਹੈ ਇੰਨੀ ਚੀਜ਼ ਤੁਹਾਨੂੰ ਸਮਝ ਹੋਣੀ ਚਾਹੀਦੀ ਹੈ ਇਸ ਤੋਂ ਬਾਅਦ ਨੈਕਸਟ ਦੇਖਦੇ ਹਾਂ ਆਪਾਂ ਹੁਣ ਕਿਸ ਤਰੀਕੇ ਨਾਲ ਸੰਚਾਰ ਪ੍ਰਣਾਲੀ ਸ਼ੁਰੂ ਹੁੰਦੀ ਆਪਾਂ ਦੇਖਦੇ ਹਾਂ ਸਭ ਤੋਂ ਪਹਿਲਾਂ ਅਸੀਂ ਕਿੰਨੇ ਖਾਨੇ ਬਣਾਏ ਦਿਲ ਦੇ ਚਾਰ ਕਿੰਨੇ ਬਣਾਏ ਬਈ ਚਾਰ ਇੱਥੇ ਬਣਾਵਾਂਗੇ ਅਸੀਂ ਰਾਈਟ ਆਟਰਿਅਮ ਇੱਥੇ ਰਾਈਟ ਵੈਂਟ੍ਰਿਕਲ ਰਾਈਟ ਆਟਰਿਅਮ ਅ ਸੋਰੀ ਲੈਫਟ ਆਟਰਿਅਮ ਲੈਫਟ ਵੈਂਟ੍ਰਿਕਲ ਕਲੀਅਰ ਹੁਣ ਦੇਖੋ ਸਾਡੇ ਰਾਈਟ ਆਟਰੀਅਮ ਦੇ ਵਿੱਚ ਕੀ ਆਣਾ ਦੋਸਤੋ ਅਸ਼ੁੱਧ ਲਹੂ ਆਣਾ ਸੱਜੇ ਵਾਲੇ ਪਾਸੇ ਹਮੇਸ਼ਾ ਕਿਹੜਾ ਲਹੂ ਹੋਏਗਾ ਇਹਨੂੰ ਨੋਟ ਕਰ ਲਓ ਅਸ਼ੁੱਧ ਲਹੂ ਠੀਕ ਹੈ ਅਸ਼ੁੱਧ ਲਹੂ ਹੁੰਦਾ ਹੈ ਰਾਈਟ ਦਾ ਮਤਲਬ ਸੱਜਾ ਤੇ ਇਸ ਵਾਲੇ ਪਾਸੇ ਹਮੇਸ਼ਾ ਅਸ਼ੁੱਧ ਹੋਏਗਾ ਤੇ ਖੱਬੇ ਵਾਲੇ ਪਾਸੇ ਹਮੇਸ਼ਾ ਕੀ ਹੋਏਗਾ ਸ਼ੁੱਧ ਸ਼ੁੱਧ ਲਹੂ ਹੋਏਗਾ ਕਲੀਅਰ ਤਾਂ ਹੁਣ ਦੇਖੋ ਰਾਈਟ ਆਟਰੀਅਮ ਚ ਆਣਾ ਠੀਕ ਹੈ ਜੀ ਤੇ ਰਾਈਟ ਆਟਰੀਅਮ ਚ ਕੌਣ ਲੈ ਕੇ ਆਏਗਾ ਦੋਸਤੋ ਦੇਖੋ ਕਿਹੜਾ ਬਲੱਡ ਆਣਾ ਅਸ਼ੁੱਧ ਅਸ਼ੁੱਧ ਮਤਲਬ ਉਹ ਚੁੱਕੀ ਹੋਏਗੀ ਕਾਰਬਨ ਡਾਈਆਕਸਾਈਡ ਕੀ ਹੋਏਗੀ ਬਈ ਕਾਰਬਨ ਡਾਈਆਕਸਾਈਡ ਹੋਏਗੀ ਕੀ ਹੋਏਗੀ ਕਾਰਬਨ ਡਾਈਆਕਸਾਈਡ ਤਾਂ ਸਰੀਰ ਦਾ ਉੱਪਰਲਾ ਹਿੱਸਾ ਹੈ ਉਹਦੇ ਚ ਕਾਰਬਨ ਡਾਈਆਕਸਾਈਡ ਵਾਲਾ ਬਲੱਡ ਕਿਉਂ ਲੈ ਕੇ ਆਏਗਾ ਤੇ ਥੱਲੇ ਵਾਲੇ ਚ ਕੌਣ ਲੈ ਕੇ ਆਏਗਾ ਤਾਂ ਥੱਲੇ ਵਾਲੇ ਚ ਇੱਕ ਸਾਡੇ ਕੋਲੇ ਵੇਨ ਹੁੰਦੀ ਹੈ ਦੋਸਤੋ ਸ਼ਿਰਾ ਹੁੰਦੀ ਜਿਸ ਦਾ ਨਾਂ ਕੀ ਹੈ ਇਨਫੀਰੀਅਰ ਇਨਫੀਰੀਅਰ ਵੈਨਾਕਾਵਾ ਕੀ ਬੋਲਦੇ ਹਨ ਨੂੰ ਇਨਫੀਰੀਅਰ ਵੈਨਾ ਕਾਵਾ ਕਲੀਅਰ ਉੱਪਰ ਵਾਲੇ ਚ ਕਿਹੜੀ ਹੋਏਗੀ ਸੁਪੀਰੀਅਰ ਉੱਪਰ ਸੁਪਰ ਸੁਪੀਰੀਅਰ ਵੈਨਾ ਕਾਵਾ ਸੁਪੀਰੀਅਰ ਵੈਨਾ ਕਾਵਾ ਕਲੀਅਰ ਉੱਪਰ ਵਾਲੇ ਹਿੱਸੇ ਚ ਮਤਲਬ ਦਿਮਾਗ ਤੋਂ ਤੇ ਇਧਰੋਂ ਸਾਰੇ ਚ ਕੋਨ ਬਲੱਡ ਲੈ ਕੇ ਆ ਰਿਹਾ ਉੱਪਰ ਵਾਲੇ ਹਿੱਸੇ ਚੋਂ ਸੁਪੀਰੀਅਰ ਤੇ ਥੱਲੇ ਵਾਲੇ ਪੂਰੇ ਲੈਗਸ ਤੋਂ ਲੈ ਕੇ ਆਪਣੇ ਪੈਰਾਂ ਤੋਂ ਲੈ ਕੇ ਸਾਰੇ ਤੱਕ ਕੋਨ ਲੈ ਕੇ ਆ ਰਿਹਾ ਹੈ ਦਿਲ ਤੱਕ ਰਾਈਡ ਆਰਟਰੀਅਮ ਤੱਕ ਇਨਫੀਰੀਅਰ ਵੈਨਾ ਕਵਰ ਤਾਂ ਤੁਹਾਨੂੰ ਪੁੱਛੇਗਾ ਦਿਲ ਦੀ ਕਿਹੜੀ ਵੇਨ ਸਭ ਤੋਂ ਵੱਡੀ ਹੁੰਦੀ ਹੈ ਵੇਨ ਕੀ ਪੁੱਛਿਆ ਸ਼ਿਰਾ ਤਾਂ ਕਿਹੜੀ ਹੁੰਦੀ ਹੈ ਦੋਸਤੋ ਇਨਫੀਰੀਅਰ ਤੁਸੀਂ ਆਪ ਹੀ ਸੋਚੋ ਸਾਡੇ ਬੋਡੀ ਦਾ ਨੀਚੇ ਵਾਲਾ ਪਾਸਾ ਜ਼ਿਆਦਾ ਵੱਡਾ ਹੈ ਕਿ ਉੱਪਰ ਵਾਲਾ ਹਿੱਸਾ ਜ਼ਿਆਦਾ ਹੈ ਤਾਂ ਤੁਹਾਨੂੰ ਪਤਾ ਹੈ ਕਿਹੜਾ ਹੈ ਥੱਲੇ ਵਾਲਾ ਤੇ ਥੱਲੇ ਵਾਲੇ ਦਾ ਮਤਲਬ ਹੀ ਕੀ ਹੁੰਦਾ ਇਨਫੀਰੀਅਰ ਇਨਫੀਰੀਅਰ ਦਾ ਮਤਲਬ ਕੀ ਹੈ ਨੀਚੇ ਨੀਚੇ ਵਾਲਾ ਠੀਕ ਹੈ ਸੁਪੀਰੀਅਰ ਦਾ ਮਤਲਬ ਸੁਪਰ ਮਤਲਬ ਉੱਪਰ ਕਲੀਅਰ ਇਹ ਯਾਦ ਰੱਖ ਲੈਣਾ ਤੁਸੀਂ ਇਸ ਤੋਂ ਬਾਅਦ ਬਲੱਡ ਆਏਗਾ ਇੱਥੇ ਇੱਥੋਂ ਕਿੱਥੇ ਜਾਣਾ ਦੋਸਤੋ ਨਹੀਂ ਰਾਈਟ ਵੈਂਟਰੀਕਲ ਦੇ ਵਿੱਚ ਜਾਣਾ ਕਿੱਥੇ ਜਾਣਾ ਬਈ ਰਾਈਟ ਵੈਂਟਰੀਕਲ ਦੇ ਵਿੱਚ ਜਾਣ ਲਈ ਇਹਨੂੰ ਕੀ ਚਾਹੀਦਾ ਦੋਸਤੋ ਰਸਤਾ ਕੀ ਚਾਹੀਦਾ ਰਸਤਾ ਠੀਕ ਹੈ ਆ ਰਸਤਾ ਹੈ ਦਾ ਜਿਹੜੇ ਕਿ ਅਸੀਂ ਕੀ ਬਣਾਏ ਇਹਦੇ ਵਾਲਵਸ ਕੀ ਬਣਾਏ ਇਹਨਾਂ ਨੂੰ ਕੀ ਕਹਿੰਦੇ ਅਸੀਂ ਵਾਲਵ ਹੈ ਇਹ ਜਿਹਨੂੰ ਤੁਸੀਂ ਪੰਜਾਬੀ ਚ ਵਾਲ ਕਹਿੰਨੇ ਹੋ ਬਾਦ ਹਨਾ ਵਾਲ ਲੀਕ ਹੋ ਗਿਆ ਵਾਲ ਨਹੀਂ ਹੁੰਦਾ ਕੀ ਹੁੰਦਾ வால்ਵ ਕੀ ਬੋਲਦੇ ਹਨ ਨੂੰ வால்ਵ ਤਾਂ வால் ਵਾਇ ਕਿੰਨੇ ਲੱਗੇ ਹੈ ਤਿੰਨ ਕਿੰਨੇ ਲੱਗੇ ਹੈ ਤਿੰਨ ਤੇ ਦਾ ਨਾਮ ਕੀ ਹੈ ਇਹ ਲਿਖ ਲਓ ਟਰਾਈ ਕਸਪਿਡ வால் ਕੀ ਕਹਿੰਦੇ ਇਹਨੂੰ ਟਰਾਈਕਸਪਿਡ வால் ਕਹਿੰਦੇ ਇਹਨੂੰ ਕਲੀਅਰ ਤਿੰਨ ਹੈ ਤਾਂ ਤਿੰਨ ਹੈ ਤਾਂ ਟਰਾਈ ਕਲੀਅਰ ਇੱਥੇ ਹੁਣ ਕੀ ਆਏਗਾ ਦੋਸਤੋ ਰਾਈਟ ਵੈਂਟਰੀਕਲ ਦੇ ਵਿੱਚ ਬਲੱਡ ਆ ਜਾਏਗਾ ਤੁਹਾਡਾ ਫਿਰ ਰਾਈਟ ਵੈਂਟਰੀਕਲ ਤੋਂ ਕਿੱਥੇ ਜਾਏਗਾ ਇਸ ਚੀਜ਼ ਦਾ ਧਿਆਨ ਰੱਖੋ ਰਾਈਟ ਵੈਂਟ੍ਰਿਕਲ ਤੋਂ ਜਾਣਾ ਇਹਨੇ ਦੋਸਤੋ ਸਾਡੇ ਕੋਲ ਲੰਗਸ ਕੋਲ ਕਿੱਥੇ ਜਾਣਾ ਵੀ ਲੰਗਸ ਕੋਲ ਲੰਗਸ ਮਤਲਬ ਫੇਫੜੇ ਫੇਫੜਿਆਂ ਕੋਲ ਜਾਣਾ ਹੈ ਫੇਫੜਿਆਂ ਦੇ ਕਿਹੜੇ ਹਿੱਸੇ ਕੋਲ ਜਾਣਾ ਹੈ ਐਲਵੀਓਲਾਈ ਕੋਲ ਕਈ ਇਹਨੂੰ ਐਲਵੀਓਲੀ ਬੋਲਦੇ ਹੈ ਕਈ ਐਲਵੀਓਲਾਈ ਬੋਲਦੇ ਹੈ ਜੋ ਤੁਹਾਨੂੰ ਚੰਗਾ ਲੱਗਦਾ ਹੈ ਉਹ ਤੁਸੀਂ ਬੋਲ ਸਕਦੇ ਹੋ ਐਲਵੀਓਲੀ ਕੋਲ ਆਇਆ ਕੌਣ ਲੈ ਕੇ ਆਏਗਾ ਤਾਂ ਪਲਮਨਰੀ 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 ਕੌਣ ਲੈ ਕੇ ਆਏਗਾ ਵੀ ਆਰਟਰੀ ਹੌਣ ਲੈ ਕੇ ਆਏਗਾ ਪਲਨਰੀ ਆਰਟਰੀ ਲੈ ਕੇ ਆਏਗੀ ਕਲੀਅਰ ਸਰ ਆਰਟਰੀ ਤਾਂ ਫਿਰ ਸ਼ੁੱਧ ਲਹੂ ਹੁੰਦਾ ਇੱਥੇ ਅਸ਼ੁੱਧ ਕਿੱਦਾਂ ਦੋਸਤੋ ਕੁਝ ਐਕਸੈਪਸ਼ਨਸ ਨੇ ਕਿਉਂ ਕਿ ਕਿ ਲੰਗਸ ਨੂੰ ਹੋਰ ਕੀ ਬੋਲਦੇ ਆ ਪਲਨਰੀ ਵਰਡ ਯੂਜ਼ ਹੁੰਦਾ ਕਿਦੇ ਲਈ ਲੰਗਸ ਲਈ ਠੀਕ ਹੈ ਤਾਂ ਪਲਨਰੀ ਸ਼ਬਦ ਆਇਆ ਕੁਝ ਐਕਸੈਪਸ਼ਨਸ ਦਿੱਤੀਆਂ ਗਈਆਂ ਉਹਨਾਂ ਚ ਇੱਕ ਐਕਸੈਪਸ਼ਨ ਕਿਹੜੀ ਹੈ ਪਲਨਰੀ ਆਰਟਰੀ ਇੱਕ ਪਲਨਰੀ ਵੇਨ ਵੀ ਹੁੰਦੀ ਹੈ ਜਿਸ ਚ ਕਿਹੜਾ ਲਹੂ ਹੋਏਗਾ ਸ਼ੁੱਧ ਕਲੀਅਰ ਹੁਣ ਇੱਥੇ ਆਇਆ ਬਲੱਡ ਇੱਥੇ ਕੀ ਆਏਗਾ ਦੋਸਤੋ ਲੰਚ ਦੇ ਵਿੱਚ ਗੈਸ ਆਉਂਦੀ ਹੈ ਬਾਹਰੋਂ ਹਵਾ ਆਉਂਦੀ ਹੈ ਹਵਾ ਦੇ ਵਿੱਚ ਕੀ ਹੋਏਗਾ ਆਕਸੀਜਨ ਉਹ ਆਕਸੀਜਨ ਅੰਦਰ ਆ ਜਾਏਗੀ ਤੇ ਕਾਰਬਨ ਡਾਈਆਕਸਾਈਡ ਬੋਡੀ ਤੋਂ ਸਾਰੀ ਅਸੀਂ ਬਾਹਰ ਕਰ ਦਿਆਂਗੇ ਤਾਂ ਸਾਰਾ ਗੈਸਾਂ ਦਾ ਆਦਾਨ-ਪ੍ਰਦਾਨ ਕਿੱਥੇ ਹੁੰਦਾ ਹੈ ਐਲਵੀਓਲੀ ਦੇ ਵਿੱਚ ਜਾਂ ਐਲਵੀਓ ਲਾਈ ਦੇ ਵਿੱਚ ਕੁਐਸਚਨ ਆਉਂਦਾ ਗੈਸਾਂ ਦਾ ਆਦਾਨ-ਪ੍ਰਦਾਨ ਫੇਫੜਿਆਂ ਵਿੱਚ ਕਿੱਥੇ ਹੁੰਦਾ ਹੈ ਐਲਵੀਓਲਾਈ ਦੇ ਵਿੱਚ ਹੁੰਦਾ ਹੈ ਕਲੀਅਰ ਫਿਰ ਇੱਥੇ ਕੋਣ ਆਏਗਾ ਦੋਸਤੋ ਇੱਥੇ ਆਏਗਾ ਹੁਣ ਤੁਹਾਡੇ ਕੋਲੇ ਪਲਮਰੀ ਪਲਮਰੀ ਵੇਨ ਆਏਗੀ ਕੋਣ ਆਏਗੀ ਪਲਨਰੀ ਵੇਨ ਆਏਗੀ ਦੋਸਤੋ ਪਲਨਰੀ ਵੇਨ ਆਈ ਤੇ ਇਹਦੇ ਚ ਹੁਣ ਕਿਹੜਾ ਬਲੱਡ ਹੋਏਗਾ ਆਕਸੀਜਨ ਵਾਲਾ ਕਿਉਂਕਿ ਕਾਰਬਨ ਡਾਈਆਕਸਾਈਡ ਵਾਲਾ ਆਹ ਆ ਰਿਹਾ ਸੀ ਇੱਥੇ ਅੱਗੇ ਕੀ ਹੋਗੀਆਂ ਗੈਸਾਂ ਐਕਸਚੇਂਜ ਹੋ ਗਈਆਂ ਜਿਵੇਂ ਗੈਸਾਂ ਐਕਸਚੇਂਜ ਹੋਈਆਂ ਤਾਂ ਪਹਿਲਾਂ ਸੀਗਾ ਉਹਦੇ ਚ ਬਲੱਡ ਕਿਹੜਾ ਆ ਦੇਖੋ ਕਾਰਬਨ ਡਾਈਆਕਸਾਈਡ ਵਾਲਾ ਇਧਰੋਂ ਆ ਰਿਹਾ ਸੀ ਉੱਪਰੋਂ ਕੋਈ ਆ ਰਹੀ ਸੀ ਆਕਸੀਜਨ ਤਾਂ ਆਕਸੀਜਨ ਹੁਣ ਇਹਦੇ ਚ ਮਿਲ ਜੇਗੀ ਕਾਰਬਨ ਡਾਈਆਕਸਾਈਡ ਸਾਡੀ ਬੋਡੀ ਚ ਕੀ ਹੋ ਜੇਗੀ ਬਾਹਰ ਬਲੱਡ ਚ ਕੀ ਮਿਲ ਗਿਆ ਹੌਂ ਆਕਸੀਜਨ ਤਸ਼ੁੱਧ ਲਹੂ ਹੋ ਗਿਆ ਤਾਉਨੂੰ ਲੈ ਕੇ ਅੱਗੇ ਕੌਣ ਜਾਏਗਾ ਪਲਮਨਰੀ ਵੇਨ ਲੈ ਕੇ ਜਾਏਗੀ ਕਿੱਥੇ ਲੈਫਟ ਆਟਰਿਅਮ ਦੇ ਵਿੱਚ ਲੈਫਟ ਆਟਰਿਅਮ ਚ ਆ ਗਏ ਹੁਣ ਅੱਗੇ ਕੀ ਹੋਏਗਾ ਸਰ ਤਾ ਲੈਫਟ ਆਟਰਿਅਮ ਤੋਂ ਬਲੱਡ ਨੇ ਕਿੱਥੇ ਜਾਣਾ ਦੋਸਤੋ ਲੈਫਟ ਵੈਂਟਰੀਕਲ ਦੇ ਵਿੱਚ ਤੇ ਕੀ ਚਾਹੀਦਾ ਇਹਨੂੰ ਰਸਤਾ ਕੀ ਚਾਹੀਦਾ ਹੈ ਰਸਤਾ ਚਾਹੀਦਾ ਵੀ ਤੇ ਇੱਥੇ ਵੀ ਕੀ ਲੱਗੇ ਹੋਣਗੇ ਵਾਲਵ ਕਿ ਲੱਗੇ ਹੋਣਗੇ ਵਾਲਵਸ ਲੱਗੇ ਹੋਣਗੇ ਠੀਕ ਹੈ ਜੀ ਕਿੰਨੇ ਨੇ ਆਹ ਦੋ ਉਧਰ ਕਿੰਨੇ ਸੀ ਤਿੰਨ ਇੱਧਰ ਦੋ ਉਧਰ ਤਿੰਨ ਤੇ ਦੋ ਨੇ ਤਿੰਨ ਨੂੰ ਕੀ ਬੋਲਾਂਗੇ ਬਾਈ ਕਸਪਿਡ ਵਲਵ ਕੀ ਬੋਲਦੇ ਹਾਂ ਬਾਈ ਕਸਪਿਡ ਵਲਵ ਬੋਲਦੇ ਹਾਂ ਦੋ ਹੈ ਤਾਂ ਬਾਈ ਤਿੰਨ ਹੁੰਦੇ ਤਾਂ ਟਰਾਈ ਹੁਣ ਇਹਦੇ ਤੋਂ ਇੱਥੇ ਆਣਗੇ ਲੈਫਟ ਵੈਂਟਰੀਕਲ ਚ ਬਲੱਡ ਆਏਗਾ ਫਿਰ ਉਹ ਲੈਫਟ ਵੈਂਟਰੀਕਲ ਤੋਂ ਦੋਸਤੋ ਕਿੱਥੇ ਜਾਏਗਾ ਲੈਫਟ ਵੈਂਟਰੀਕਲ ਚ ਆ ਗਿਆ ਜੀ ਇੱਥੋਂ ਅੱਗੇ ਸਭ ਤੋਂ ਵੱਡੀ ਧਮਣੀ ਸਰੀਰ ਦੀ ਕਿਹੜੀ ਹੁੰਦੀ ਹੈ ਉੱਥੇ ਜਾਏਗਾ ਉਹਦਾ ਨਾਮ ਕੀ ਹੈ ਆਇਓਟਾ ਕੀ ਬੋਲਦੇ ਹੈ ਇਹਨੂੰ ਆਇਓਟਾ ਲਿਖਣ ਚ ਦੋਸਤੋ ਹੋਰ ਤਰੀਕੇ ਨਾਲ ਹੈ ਬੋਲਣ ਚ ਕੀ ਹੈ ਇਹ ਆਇਓਟਾ ਠੀਕ ਹੈ ਜੀ ਆਇਓਟਾ ਬੋਲਦੇ ਇਹਨੂੰ ਕਲੀਅਰ ਆਇਓਟਾ ਹੈ ਕਲੀਅਰ ਲਿਖਣ ਚ ਹੋਰ ਹੈ ਬੋਲਣ ਚ ਹੋਰ ਹੈ ਇਹ ਸਰੀਰ ਦੀ ਸਭ ਤੋਂ ਵੱਡੀ ਧਮਣੀ ਹੈ ਧਮਣੀ ਬੋਲਿਆ ਮੈਂ ਧਮਣੀ ਮਤਲਬ ਆਰਟਰੀ ਜੇ ਵੇਨ ਪੁੱਛਦਾ ਤਾਂ ਇਨਫੀਰੀਅਰ ਵੈਨਾ ਕਾਵਾ ਹੁਣ ਇਹ ਸਭ ਤੋਂ ਵੱਡੀ ਕਿਉਂ ਹੈ ਕਿਉਂਕਿ ਦੋਸਤੋ ਇਹਦੇ ਚ ਹੋਰ ਛੋਟੀਆਂ-ਛੋਟੀਆਂ ਬਲੱਡ ਕੈਪਿਲਰੀਜ਼ ਨਿਕਲਦੀਆਂ ਹੈ ਮਤਲਬ ਛੋਟੀਆਂ-ਛੋਟੀਆਂ ਹੋਰ ਰક્ત ਵੈਣੀਆਂ ਨਿਕਲਦੀਆਂ ਹੈ ਜੋ ਪੂਰੀ ਬੋਡੀ ਦੇ ਵਿੱਚ ਕੀ ਲੈ ਕੇ ਜਾਣਗੀਆਂ ਬਲੱਡ ਨੂੰ ਲੈ ਕੇ ਜਾਣਗੀਆਂ ਕਲੀਅਰ ਬਲੱਡ ਨੂੰ ਲੈ ਕੇ ਜਾਣਗੇ ਤਾਂ ਪੂਰੀ ਬੋਡੀ ਚ ਕੀ ਪਹੁੰਚੇਗਾ ਬਲੱਡ ਮਤਲਬ ਕਿਹੜਾ ਬਲੱਡ ਆਕਸੀਜਨ ਵਾਲਾ ਕਿਹੜਾ ਪਹੁੰਚੇਗਾ ਆਕਸੀਜਨ ਵਾਲਾ ਤੇ ਜੇ ਆਕਸੀਜਨ ਵਾਲਾ ਪਹੁੰਚ ਗਿਆ ਮਤਲਬ ਸ਼ੁੱਧ ਲਹੂ ਪੂਰੀ ਬੋਡੀ ਦੇ ਵਿੱਚ ਪਹੁੰਚ ਗਿਆ ਬਾਅਦ ਚ ਆਕਸੀਜਨ ਯੂਜ਼ ਹੋ ਜੇਗੀ ਕੀ ਬਣ ਜਾਏਗਾ ਕਾਰਬਨ ਡਾਈਆਕਸਾਈਡ ਫਿਰ ਤੋਂ ਕਾਰਬਨ ਡਾਈਆਕਸਾਈਡ ਵਾਲਾ ਬਲੱਡ ਕੌਣ ਚੱਕੇਗਾ ਸੁਪੀਰੀਅਰ ਪੈਨੇਕਾ ਉੱਪਰਲੇ ਹਿੱਸੇ ਚੋਂ ਇਨਫੀਰੀਅਰ ਥੱਲੇ ਵਾਲੇ ਚੋਂ ਫਿਰ ਰਾਈਟ ਐਟਰੀਅਮ ਰਾਈਟ ਵੈਂਟਰੀਕਲ ਲੰਗਸ ਲੈਫਟ ਐਟਰੀਅਮ ਲੈਫਟ ਵੈਂਟਰੀਕਲ ਆਓਟਾ ਫਿਰ ਬੋਡੀਸ ਠੀਕ ਹੈ ਇਸ ਤਰੀਕੇ ਨਾਲ ਦੇਖੋ ਜਿੱਥੋਂ ਸ਼ੁਰੂ ਹੈ ਸੀ ਉੱਥੇ ਕੀ ਹੋ ਜਾਂਦਾ ਹੈ ਖਤਮ ਤਾਂ ਹੀ ਮੈਂ ਕੀ ਕਿਹਾ ਸੀ ਇਹਦਾ ਨਾਂ ਕੀ ਹੈ ਸਰਕੂਲੇਟਰੀ ਸਿਸਟਮ ਕੀ ਨਾਮ ਸੀ ਤਾਂ ਸਰਕੂਲੇਟਰੀ ਸਿਸਟਮ ਫਿਰ ਕਈ ਵਾਰ ਪੁੱਛਦਾ ਹੈ ਆ ਜਿਹੜੇ ਵਾਲਵ ਹੁੰਦੇ ਆ ਬਾਈਕਸਫਿਡ ਵਾਲਵ ਇਹਦਾ ਹੋਰ ਨਾਂ ਕੀ ਹੈ ਤਾਂ ਹੋਰ ਨਾਂ ਪੁੱਛਦਾ ਦੋਸਤੋ ਕਈ ਵਾਰ ਤਾਂ ਮਾਈਟਰਲ ਵਾਲਵ ਬੋਲਦੇ ਨੇ ਕੀ ਬੋਲਦੇ ਹੈ ਮਾਈਟਰਲ ਵਾਲਵ ਕੀ ਨਾਮ ਬੋਲੇ ਜਾਂਦਾ ਹੈ ਮਾਈਟਰਲ ਵਾਲਵ ਤੇ ਇੱਕ ਇਹਨਾਂ ਦੇ ਵਿੱਚ ਦੀਵਾਰ ਹੈ ਦੋਸਤੋ ਕੀ ਹੈ ਇੱਕ ਦੀਵਾਰ ਹੈ ਤੇ ਇਹ ਦੀਵਾਰ ਜੋ ਹੈ ਕੀ ਕਰੇਗੀ ਇਹਦਾ ਕੰਮ ਕੀ ਹੋਏਗਾ ਇਸ ਦੀਵਾਰ ਦਾ ਸੋਚ ਕੇ ਦੇਖੋ ਵੀ ਆ ਦੀਵਾਰ ਬਣਾਤੀ ਮੈਂ ਇਸ ਦੀਵਾਰ ਦਾ ਕੰਮ ਕੀ ਹੋਏਗਾ ਇਧਰ ਕਿਹੜਾ ਬਲੱਡ ਸੀ ਅਸ਼ੁੱਧ ਇਧਰ ਕਿਹੜਾ ਸੀ ਸ਼ੁੱਧ ਤੇ ਇਸ ਦੀਵਾਰ ਦਾ ਨਾਮ ਕੀ ਹੈ ਸੈਪਟਮ ਕੀ ਨਾਮ ਹੈ ਸੈਪਟਮ ਸੈਪਟਮ ਇਹਦਾ ਨਾਮ ਹੈ ਠੀਕ ਹੈ ਇਹ ਮੈਂ ਦੱਸਦਾ ਹਾਂ ਇਹਦਾ ਕੰਮ ਕੀ ਹੁੰਦਾ ਪਰ ਉਸ ਤੋਂ ਪਹਿਲਾਂ ਤੁਸੀਂ ਇੱਕ ਚੀਜ਼ ਜਾਣ ਲੋ ਕਿ ਕਿ ਆਪਣੇ ਬੈਚ ਦੋਸਤੋ ਸ਼ੁਰੂ ਹੋ ਚੁੱਕੇ ਨੇ ਜੇਲ ਬਾਰਡਰ ਪਟਵਾਰੀ ਪੰਜਾਬ ਪੁਲਿਸ ਸੀਨੀਅਰ ਅਸਿਸਟੈਂਟ ਟ੍ਰਿਪਲ ਐਸ ਵੀ ਕਲਰਕ ਠੀਕ ਹੈ ਜੀ ਤੇ ਨਾਲ ਹੀ ਲਿਬਰ ਇਨਸਪੈਕਟਰ ਐਨਟੀਟੀ ਈਟੀਟੀ ਪੀਟੀਆਈ ਸਭ ਲਈ ਠੀਕ ਹੈ ਜੀ ਤੇ ਇਸ ਦੀ ਆਫਲਾਈਨ ਜੋ ਕੀਮਤ ਹੈ ਦੋਸਤੋ ਕਿੰਨੀ ਹੈ 6500 ਰੁਪਏ ਹੈ ਕਿੰਨੀ ਹੈ ਬਈ 6500 ਰੁਪਏ ਹੈ ਆਫਲਾਈਨ ਕੀਮਤ ਤੇ ਆਨਲਾਈਨ ਕਿੰਨੀਆਂ ਦੋਸਤੋ ਸਿਰਫ 2499 ਰੁਪਏ ਹੈ ਹੁਣ ਦੇਖੋ ਜਿਨਾਂ ਨੇ ਡਿਸਕਾਊਂਟ ਲੈਣਾ ਹੈ ਠੀਕ ਹੈ ਪਹਿਲਾਂ 8000 ਰੁਪਏ ਦਾ ਬੈਚ ਸੀ ਇਹ 1500 ਰੁਪਏ ਦਾ ਕੀ ਹੋ ਰਿਹਾ ਤੁਹਾਨੂੰ ਫਿਲਹਾਲ ਡਿਸਕਾਊਂਟ ਹੋ ਰਿਹਾ ਹੈ ਕੀ ਹੋ ਰਿਹਾ ਡਿਸਕਾਊਂਟ ਕਲੀਅਰ ਤਾਂ ਡਿਸਕਾਊਂਟ ਦਾ ਫਾਇਦਾ ਉਠਾਣ ਲਈ ਜਲਦੀ ਤੋਂ ਜਲਦੀ ਸੰਪਰਕ ਕਰ ਲੈਣਾ ਹੈ 6500 ਚ ਤੁਹਾਨੂੰ ਬੈਚ ਮਿਲ ਜੇਗਾ ਠੀਕ ਹੈ ਜੀ ਆਨਲਾਈਨ ਲੈਣਾ ਤਾਂ 2499 ਰੁਪਏ ਚ ਮਿਲੇਗਾ ਠੀਕ ਹੈ ਜੀ ਤੇ ਜਲਦੀ ਤੋਂ ਜਲਦੀ ਇਹਨਾ ਨੰਬਰ ਸੇ ਕੰਟੈਕਟ ਕਰ ਲਓ 8288876200 8288876200 ਹੁਣ ਦੇਖੋ ਜੋ ਮੈਂ ਟੌਪਿਕ ਇੱਥੇ ਕਰਾਇਆ ਇਸ ਤੋਂ ਵੀ ਬਿਹਤਰ ਆਪਾਂ ਪੇਡ ਕਲਾਸ 'ਚ ਤੁਹਾਨੂੰ ਕਰਾਵਾਂਗੇ ਇਸ ਤੋਂ ਵੀ ਵੱਧ ਕੇ ਤਾਂਕਿ ਆਪਣਾ ਇੱਕ ਵੀ ਕੁਐਸਚਨ ਕਿੰਨਾ ਇੱਕ ਵੀ ਕੁਐਸਚਨ ਛੁੱਟ ਨਾ ਸਕੇ ਇਦਾਂ ਨਾ ਹੋਵੇ ਕਿ ਸਾਨੂੰ ਆਉਂਦਾ ਨਾ ਹੋਵੇ ਤਾਂ ਐਸਾ ਨਹੀਂ ਹੋਣ ਦੇਾਂਗੇ ਠੀਕ ਹੈ ਆਪਣਾ ਵਾਦਾ ਹੈ ਤੁਹਾਡੇ ਨਾਲ ਇਸ ਚੀਜ਼ ਨੂੰ ਯਾਦ ਰੱਖਣਾ ਤੁਸੀਂ ਕਲੀਅਰ ਫੇਰ ਹੋਰ ਕੀ ਹੈ ਦੋਸਤੋ ਸਾਡੇ ਕੋਲ ਇਸ ਚੀਜ਼ ਨੂੰ ਵੀ ਧਿਆਨ ਰੱਖੋ ਆਪਣਾ ਬੈਜ ਜੋ ਤੁਸੀਂ ਲੈਣਾ ਹੈ ਉਹਦੇ ਲਈ ਤੁਹਾਨੂੰ ਕਰਨਾ ਕੀ ਪੈਣਾ ਹੈ ਤੇ ਇਸ ਚੀਜ਼ ਨੂੰ ਜਰੂਰ ਨੋਟ ਕਰੋ WhatsApp ਤੇ ਆਪਣਾ ਨਾਮ ਮੋਬਾਈਲ ਨੰਬਰ ਜਿਸ एग्जाम ਦੇ ਤੁਸੀਂ ਆਪਣੇ ਤੋਂ ਤਿਆਰੀ ਕਰਨੀ ਹੈ ਉਹ ਲਿਖਣਾ ਹੈ ਨਾਲ ਆਪਣੀ ਸਿਟੀ ਲਿਖ ਦਿਓ ਤੇ ਇਹਨਾਂ ਨੰਬਰ 'ਤੇ ਭੇਜ ਦਿਓ 828876200 ਦੇ ਉੱਤੇ ਕਲੀਅਰ ਤਾਂ ਦੋਸਤੋ ਹੁਣ ਤੁਹਾਨੂੰ ਮੈਂ ਦੱਸ ਰਿਹਾ ਸੀ ਕੁਝ ਗੱਲਾਂ ਤਾਂ ਦੇਖੋ ਕੀ ਹੈ ਉਹ ਸੈਪਟਮ ਮੈਂ ਕੀ ਦੇ ਬਾਰੇ ਦੱਸ ਰਿਹਾ ਸੀ ਤੁਹਾਨੂੰ ਸੈਪਟ सेप्टेंबर है तो मैं नेक्स्ट पेज पे दा दना हाँ, सेप्टम तो देखो इधर की सी राइट right आर्टेरियम अरे भाई गलत हो रहा है की है इधर राइट आर्टेरियम इधर की है साडा राइट वेंट्रिकल इधर की है लेफ्ट आर्टेरियम लेफ्ट वेंट्रिकल क्लियर त्या ਵਿੱਚ की ਸੀ ਸਾਡੀ दीवार ਸੀ ਕੀ ਸੀਗੀ ਬਈ ਦੀਵਾਰ क्लियर ਆ ਦੀਵਾਰ ਆ ਗਈ ਚਾਈਨਾ ਦੀ क्लियर ਚਾਈਨਾ ਦੇ ਨਹੀਂ ਇੰਡੀਆ ਦੀ ਆਪਣੀ ਇਹ ਠੀਕ ਹੈ ਇਹਦਾ ਨਾਮ ਕੀ ਹੈ ਸੈਪਟਮ ਕਲੀਅਰ ਕੰਮ ਕੀ ਹੈ ਤਾਂ ਦੇਖੋ ਐਸ ਤੋਂ ਸੈਪਟਮ ਤੇ ਐਸ ਤੋਂ ਕੀ ਹੁੰਦਾ ਸੈਪਰੇਸ਼ਨ ਕੀ ਹੁੰਦਾ ਹੈ ਸੈਪਰੇਸ਼ਨ ਸੈਪਰੇਸ਼ਨ ਦਾ ਮਤਲਬ ਵੱਖ-ਵੱਖ ਕਰਨਾ ਕੀ ਕਰਨਾ ਵੱਖ-ਵੱਖ ਕਰਨਾ ਕੀ ਕਰਨਾ ਵੱਖ-ਵੱਖ ਕਰਨਾ ਕੀ ਵੱਖ-ਵੱਖ ਕਰਨਾ ਸਰ ਤਾਂ ਵੱਖ-ਵੱਖ ਕਰਨਾ ਆਪਾਂ ਕਿਨੂੰ ਇਧਰਲੇ ਪਾਸੇ ਸੱਜੇ ਵਾਲੇ ਹੱਥ ਕਿਹੜਾ ਲਹੂ ਹੁੰਦਾ ਹੈ ਅਸ਼ੁੱਧ ਤੇ ਖੱਬੇ ਵਾਲੇ ਪਾਸੇ ਕਿਹੜਾ ਹੁੰਦਾ ਹੈ ਬਈ ਸ਼ੁੱਧ ਕਲੀਅਰ ਤਾਂ ਇਹਨਾਂ ਨੂੰ ਵੱਖ-ਵੱਖ ਕਰਨ ਦਾ ਕੰਮ ਕੌਣ ਕਰਦਾ ਹੈ ਸੈਪਟਮ ਤਾਂ ਕਿ ਇਹ ਦੋਨੇ ਬਲੱਡ ਜਿਹੜੇ ਹੈ ਮਿਕਸ ਨਾ ਹੋ ਜਾਣ ਸ਼ੁੱਧ ਦੇ ਵਿੱਚ ਅਸ਼ੁੱਧ ਵਾਲਾ ਮਿਕਸ ਨਾ ਹੋ ਜਾਈ ਜਾਂ ਅਸ਼ੁੱਧ ਦੇ ਵਿੱਚ ਸ਼ੁੱਧ ਵਾਲਾ ਮਿਕਸ ਨਾ ਹੋ ਜਾਈ ਇਹੇ ਕੰਮ ਹੁੰਦਾ ਹੈ ਇਹਦਾ ਕਲੀਅਰ ਤਾਂ ਆ ਦੇਖੋ ਸਰਕਲ ਬਣਾਇਆ ਵੀ ਹੈ ਇੱਥੇ ਆਪਾਂ ਇੱਕ ਕੰਮ ਪੁੱਛਦਾ ਕਈ ਵਾਰ ਇੱਥੇ ਕਿ ਬਲੱਡ ਸੈਪਟਮ ਦਾ ਕੀ ਕੰਮ ਹੈ ਬੋਡੀ ਦੇ ਵਿੱਚ ਆਪਸ਼ਨਸ ਦੇ ਦੇਗਾ ਤੁਹਾਨੂੰ आ देखो सारा कुछ दिखाया गया तो हनु ठीक है जी डीओक्सीजनेट ब्लड आ रहा है क्लीयर तो ध्यान रखना ऑक्सीजनेटड ब्लड है, है फिर कितों जाएगा लंग्स तो क्लियर आ देखो पहला पूरा ब्लड आ रहा है डीओक्सीजनेटड ब्लड आ रहा है ठीक है जी फिर ऑक्सीजन वाला मिल के कितने जाएगा लेफ्ट आट्रीयम लैफ्ट वेंट्रीकल तुम याद करो मेरे नाल याद करना की मेरे नाल की सीगा? सर राइट आट्रीयम रईट वेंट्रीकल लंग्स ਫਿਰ ਲੈਫਟ ਐਟਰੀਅਮ ਲੈਫਟ ਵੈਂਟਰੀਕਲ ਫਿਰ ਆਇਓਟਾ ਫਿਰ ਤੋਂ ਕੀ ਹੋ ਜਾਈਏ ਆਕਸੀਜਨ ਯੂਜ਼ ਹੋ ਜਾਈਏ ਕੀ ਬਣ ਜਾਈਏ ਕਾਰਬਨ ਡਾਈਆਕਸਾਈਡ ਵਾਲਾ ਬਲੱਡ ਬਣ ਜਾਈਏਗਾ ਇਸ ਤਰੀਕੇ ਨਾਲ ਤੁਹਾਡਾ ਪ੍ਰੋਸੈਸ ਚੱਲਦਾ ਹੈ ਤੇ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਚ ਦੱਸਣਾ ਕੀ ਹੈ ਕਿ ਤੁਹਾਨੂੰ ਕੀ ਲੱਗਦਾ ਕਿ ਕਿੰਨੇ ਮਿੰਟ ਚ ਇਹ ਪ੍ਰੋਸੈਸ ਹੋ ਜਾਂਦਾ ਹੋਣਾ ਹੈ ਕਿੰਨੇ ਕੁ ਮਿੰਟ ਚ ਬਹੁਤ ਲੰਬਾ ਪ੍ਰੋਸੈਸ ਹੈ ਤਾਂ ਕਾਫੀ ਸਮਾਂ ਲੱਗਦਾ ਹੋਵੇਗਾ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਚ ਦੱਸਣਾ ਤੇ ਵੀਡੀਓ ਸੋਹਣੀ ਲੱਗਦੀ ਹੈ ਤੇ ਤੁਸੀਂ ਨੂੰ ਸ਼ੇਅਰ ਕਰਨਾ ਹੈ ਲਾਈਕ ਕਰਨਾ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਤੇ ਆਪਣੇ ਨਾਲ ਜਲਦੀ ਤੋਂ ਜਲਦੀ ਜੁੜਨਾ ਹੈ ਠੀਕ ਹੈ ਲੇਟ ਨਹੀਂ ਕਰਨਾ ਕਿਉਂਕਿ ਲੇਟ ਕਰੋਗੇ ਤਾਂ ਬਹੁਤ ਜ਼ਿਆਦਾ ਲੇਟ ਹੋ ਜਾਓਗੇ ਤਾਂ ਨੌਕਰੀ ਕੋਈ ਹੋਰ ਲੈ ਜਾਏਗਾ ਠੀਕ ਹੈ ਤਾਂ ਆਪਣਾ ਟੈਲੀਗ੍ਰam ਚੈਨਲ ਵੀ ਤੁਸੀਂ ਦੋਸਤੋ ਜੁਆਇਨ ਕਰ ਸਕਦੇ ਹੋ ਸਿਕਸ਼ ਐਫ ਐਮ ਅਕੈਡਮੀ ਦੇ ਨਾਂ ਤੇ ਹੈ ਆਪਣੀ ਐਪ ਵੀ ਹੈ ਪਲੇ ਸਟੋਰ ਤੇ ਸਿਕਸ਼ ਐਫ ਐਮ ਅਕੈਡਮੀ ਦੇ ਨਾਂ ਤੇ ਹੈ ਉਸ ਨੂੰ ਵੀ ਤੁਸੀਂ ਡਾਊਨਲੋਡ ਕਰ ਲੈਣਾ ਹੈ ਇੰਸਟਾਲ ਕਰ ਲੈਣਾ ਹੈ ਤਾਂ ਕਿ ਤੁਹਾਨੂੰ ਉੱਥੇ ਆਪਣੇ ਨਵੇਂ ਬੈਚ ਨਵੀਂ ਇਨਫਰਮੇਸ਼ਨ ਸਾਰਾ ਕੁਝ ਮਿਲ ਸਕੇ ਉੱਥੇ ਠੀਕ ਹੈ ਦੋਸਤੋ ਤਾਂ ਫਿਰ ਮਿਲਾਂਗੇ ਨੈਕਸਟ ਲੈਕਚਰ ਦੇ ਵਿੱਚ ਧੰਨਵਾਦ ਜੈ ਹਿੰਦ